آنے والی کتاب فرما رہے ہیں، ان کے پاس عدنان رضا بلوچ آف جھنگ وہ کتاب فرمائیں گے، اور ان کے پاس سید ساغر عباس شاہ صاحب وہ کتاب فرمائیں گے۔ لنگر چل رہا ہے، جس نے لنگر کھانا ہو جا کے کھا سکتا ہے۔ صلی علی محمد و آلہ، یرید اللہ لیذھبانکم الرشا علی البیت، صلی علی محمد و آلہ محمد و آلہ۔ بسم اللہ الرحمن الرحیم، الحمد للہ رب العالمین الرحمن الرحیم مالک یوم الدین، ایاک نحمد و ایاک نستعین اہدنا الصراط المستقیم صراط الذین انعمت علیہم غیر المغضوب علیہم ولا الضالین۔ الحمد للہ رب العالمین، اللہم صلی علی محمد و آل محمد و عجل فرجہم۔ میرے اللہ ساری عظیم عبادت اپنی بارگاہ وچ قبول تے منظور فرما۔ اے اللہ آمین آکھن والے عزادار دے گناہ معاف فرما۔ میرے اللہ جو آمین آکھ رہے انہاں دے وچ کوئی بیمار ہے تے شفائے کاملہ ہو عاجل عطا فرما۔ اے رحمان اللہ، آمین آکھن والیاں دے جتنے مرحومین دنیا جہان تو ٹر گئے، بالخصوص سیدادہ سید شبیر حسین شاہ صاحب، مالک انہاں دے مزید درجات بلند فرما۔ اے اللہ آمین آکھن والیاں دے وچ کوئی بے اولاد ہے تو انہاں دی جھولی آباد فرما۔ بانیانی مجالس میرے سرداراں میرے بھراواں دا تمام مجلس قبول ہے، مالک نال آل اولاد دے رشتہ داراں دے علی یون ولی اللہ پڑھن والی امت دے نال آباد تے شاد کر۔ میرے اللہ، اوکھا جیا دور ہے، نازک جیا وقت ہے، ہر عزادار التجا کر رہے ہیں سارے بارہویں امام دا جل ظہور فرما، اس قابل بنا جو مولا دی زیارت ہو جاوے۔ اللہم صلی علی محمد و علی محمد و عجل فرجہم بلند صلوات۔ ایدی دھمک بند کرو، تھوڑی جی دھمک ہے، بڑی دھمک بہو زیادہ دھمک ہے۔ اچھی صلوات پڑھو باواز بلند، عقیدہ سارے اندھے، اگر پیش کرو ایسی صلوات پڑھو پتہ لگے کربلا اج بیٹھے ہو۔ جی نعرے تکبیر، سارے بولو نعرے تکبیر، نعرے رسالت، تھوڑ جہا زور چاہیے، نعرے رسالت، مل کے بولو حیدری، سارے بولو حیدری، حسینیت، سارے بولو حسینیت، یزیدیت، اہل بیت دشمنہ تے لعنت، توالے میرے مولا حسین دے قاتلہ تے لعنت، پاک علی علیہ السلام دے دشمنہ اور قاتلہ تے لعنت، میری مخدومہ سین دے قاتلہ تے لعنت، کن فض حرامی تے لعنت۔ تُسا لعنت کر رہے ہو، جڑا لعنت نہ کرے کائنات دے اس وڈے یزید تے بھی لعنت۔ عزت زہرا تے اچھی صلوات تلاوت، ماشاء اللہ حول ولا قوۃ الا باللہ رب العالمین،
السلام على أشرف الأنبياء والمرسلين بڑو صلوات الذي ਲਦੀ ਸਾਰੇ ਜਾਣਦੇ ਹੋ ਬਈਦ ਉਹ ਸਫ਼ਰ ਨੂੰ ਆਖਿਆ ਵੈਂਦੇ ਜਿਹੜਾ ਸਫ਼ਰ ਲੰਬਾ ਵੀ ਹੋਵੇ ਅਤੇ ਔਖਾ ਵੀ ਹੋਵੇ। ਅੱਛਾ ਅੱਜ ਦੀ ਮਜਲਿਸ ਦੇ ਵਿੱਚ ਦੂਰ ਦੂਰ ਦੇ ਆਏ ਮਹਿਮਾਨ ਬਿਲਖਸੂਸ ਚਾਚਾ ਨੂਰ ਮਲੰਗ ਜੜਾਂ ਵਾਲੇ ਤੋਂ ਚਾਚਾ ਅਮੀਰ ਬਜ਼ੁਰਗ ਸੈਯਦ ਇੱਕ ਸਫ਼ਰ ਰਹੇ ਇਹ ਬਾਰਗਾਹ ਦੇ ਨਾਲ ਜਿਹਦਾ ਘਰ ਹੈ ਅਤੇ ਉਹ ਸੈਯਦ ਉਮਤੀ ਅਗਰ ਮਜਲਸ ਵਿੱਚ ਹੈ ਤਾਂ ਇਹ ਵੀ ਇੱਕ ਸਫ਼ਰ ਹੈ। ਠੀਕ ਹੈ ਅੱਛਾ ਅਤੇ ਮੈਂ ਮਿੰਬਰ 'ਤੇ ਖੜ ਕੇ ਆਖੇ ਅੱਲਜ਼ੀ ਸਫ਼ਰਉ ਬਈਦ ਬਈਦ ਉਹ ਸਫ਼ਰ ਨੂੰ ਆਖਿਆ ਵੈਂਦਾ ਜਿਹੜਾ ਸਫ਼ਰ ਮਰਦ ਕਰੇ ਅਤੇ ਪਰਦੇਦਾਰ ਅੱਲਜ਼ੀ ਸਗੀਰਲ ਵਜੈ ਨਭੋ ਜਿਹੜੇ ਚੁੱਪ ਕਰ ਗਏ ਉਹ ਜ਼ੈਨਬ ਤੇ ਵੈਸੇ ਸ਼ਾਮ ਦਾ ਜੋੜ ਨਹੀਂ ਜਿਹਦਾ ਹੁਜਰੇ ਚੋਂ ਜਨਾਜ਼ਾ ਬਹਿਰ ਨਹੀਂ ਆਉਣਾ ਉਹਦਾ ਨਾਂ ਜ਼ੈਨਬ ਹੈ ਅਗਲੇ ਜੁਮਲੇ ਦਾ ਚਾਚਾ ਇਹਨਾਂ ਨੂੰ ਪਤਾ ਹੈ ਵਸ਼ਿਆ ਮੈਂ ਵੀਰ ਅਕਬਰ ਦੇ ਕਾਤਲ ਵਿੱਚ ਅੱਲਾਹ ਤਾਲਾ ਬੱਲਾ ਮਲੰਗ ਸੈਯਦ ਦਾ ਚੇਲਾ ਜੀ ਜੀ ਚਾਚਾ ਮੈਨੂੰ ਯਕੀਨਨ ਰੋਣ ਆਇਓ ਮੇਰੇ ਵਤਨ ਵਾਲੇ ਉਹ ਜਿਹੜਾ ਰੋਂਦਾ ਨਹੀਂ ਹੁਸੈਨ ਦੀ ਮਜਲਸ ਵਿੱਚ ਨਹੀਂ ਆਉਂਦਾ ਜੀ ਚਾਚਾ ਬਾਬਾ ਜੀ ਜਿਹੜਾ ਮਜਲਸ ਵਿੱਚ ਨਹੀਂ ਆਉਂਦਾ ਤੁਹਾਡੇ ਮੇਰੇ ਹੁਸੈਨ ਦਾ ਕੁਝ ਨਹੀਂ ਲੱਗਦਾ ਜਿਹਦਾ ਤਲਕ ਹੁੰਦਾ ਉਹ ਆਉਂਦੇ ਉਹ ਬੰਦਾ ਬੇਸ਼ੱਕ ਨਾ ਰੋਵੇ ਜਿਹੜਾ ਆਪਣੇ ਜਨਾ ਦੇ ਹੱਥ ਨਹੀਂ ਰੋਂਦਾ ਸੋਚੋ ਜਿਹੜਾ ਆਪਣੇ ਕੋਲ ਨਹੀਂ ਰੋਂਦਾ ਬੇਸ਼ੱਕ ਨਾ ਰੋਵੇ ਓਏ ਸੈਦਾ ਉਮਤੀਆ ਪਰੋ ਅਜ਼ਾਦਾਰ ਅਮੀਰ ਗਰੀਬ ਸੈਯਦ ਉਮਤੀ ਜ਼ਰੂਰ ਰੋਵੇ ਜਿਹੜਾ ਘਰ ਦੱਸਾ ਏ ਮੈਂ ਕਰਬਲਾ ਪਿਓਵੇ ਨਾ ਉੱਤੇ ਪਿਓਵੇ ਨਾ ਜਿੱਥੇ 72 ਜਨਾ ਦੇ ਰੋਵਣ ਵਾਲੀ ਸ਼ਾਮ ਟੁਰ ਗਈ ਜਿਹੜੀ ਤੁਰਦੇ ਲਿਆ ਗਈ ਹੈ ਜਦਾ ਵੇਲਾ ਮਿਲੇ ਮੇਰੇ ਅਕਬਰ ਗੁਰੋਵੇ ਹਾਏ ਹਸਰਤ ਰੇ ਅਲੀ ਹਸਨ
ਤੁਰਦੇ ਲਿਆ ਗਈਏ ਜੰਨਤ ਤੁਹਾਨੂੰ ਵੇਲਾ ਮਿਲੇ ਮੇਰੇ ਕਾਸਮ ਨੂੰ ਰੁਆਏ ਮੇਰੇ ਗਾਜ਼ੀ ਨੂੰ ਜ਼ਰੂਰ ਰੁਆਏ ਅੱਲਾ ਤੁਹਾਡੇ ਸਾਰਿਆਂ ਦਾ ਬਲਕ ਦਸਤੂਰੇ ਜ਼ਮਾਨੇ ਜਲਾ ਕੋਈ ਬੰਦਾ ਬਾਬਾ ਸਿੰਘ ਬਜ਼ੁਰਗ ਢੇਰ ਸਾਰੇ ਬੈਠਣ ਪੀਰ ਮਾਜੇ ਸ਼ਾਹ ਜੀ ਤੁਹਾਡੇ ਬਿਰਾਵਾਂ ਦੇ ਜੋੜ ਸੱਯਦ ਸਲਾਮਤ ਰਵੇ ਦਸਤੂਰੇ ਜ਼ਮਾਨੇ ਸਿੰਘ ਜਦਾਂ ਕੋਈ ਬੰਦਾ ਕਹਿੰਦੇ ਛੋਟੇ ਪੁੱਤਰ ਨੂੰ ਮਾਰੇ ਪੜ੍ਹਨਾ ਸੌਖੇ ਸੁਣ ਕੇ ਚੁੱਪ ਕਰ ਵੰਜਣਾ ਸੌਖੇ ਗੱਲ ਔਖੀ ਹੈ ਜਦਾਂ ਕੋਈ ਬੰਦਾ ਬਸ ਸੁਣ ਲਓ ਜਦਾਂ ਕੋਈ ਬੰਦਾ ਕਹਿੰਦੇ ਛੋਟੇ ਪੁੱਤਰ ਨੂੰ ਸੱਯਦ ਮਾਰੇ ਈ ਲਾਕੇ ਆਲਿਓ ਬੱਚਾ ਬਾਜ ਪਾਉਂਦਾ ਏ ਪਿਓ ਦੇ ਕੋਲ ਆਉਂਦਾ ਏ ਅਗਰ ਪਿਓ ਜੀਂਦਾ ਨਾ ਹੋਵੇ ਚਾਚਿਆਂ ਦੇ ਕੋਲ ਵਹਿੰਦੇ ਚਾਚੇ ਨਾ ਹੋਵੇ ਮਾਮਿਆਂ ਦੇ ਕੋਲ ਵਹਿੰਦੇ ਮਾਮੇ ਨਾ ਹੋਵੇ ਭਰਾਵਾਂ ਦੇ ਕੋਲ ਵਹਿੰਦੇ ਤੂੰ ਚੁੱਪ ਕਰਕੇ ਬੈਠੇ ਤੇਰੇ ਸੰਭਾਲ ਦਾ ਕੋਈ ਨਾ ਹੋਵੇ ਮਿੱਟੀ ਤੇ ਝੜ ਪਾਉਂਦਾ ਏ ਅਸਮਾਨ ਵਾਲੇ ਪਾਸੇ ਦੇਖਿਆ ਦੇ ਮੇਰੇ ਅੱਲਾ ਮੈਂ ਵੱਡਾ ਗਰੀਬ ਯਕੀਨਨ ਆਪਣੇ ਗੁਰੂਆਂ ਦੇ ਉਹ ਤਾਂ ਵਤ ਹਾਏ ਕਰੇ ਅੱਲਾ ਤੁਹਾਡਾ ਭੱਲਾ ਕਰੇ ਬੇਸਾਖਤਾ ਅਰਮਾਨ ਕਰੇਂਦਾ ਅੱਜ ਮੇਰਾ ਪਿਓ ਹੋਵੇ ਆ ਮੇਰਾ ਭਰਾ ਹੋਵੇ ਆ ਮੇਰੇ ਚਾਚੇ ਹੋਵੇ ਨਾ ਮੈਂ ਬੇਵਾਰਸਾ ਨਾ ਮਰੀ ਵਾਂ ਜਿਹਨੇ ਕਰ ਤੱਕ ਜੁਮਲਾ ਪਿਆ ਵਹਿੰਦਾ ਏ ਉਹ ਸ਼ਰੀਫਾਂ ਇਹ ਤਾਂ ਪੁੱਤਰ ਦੀ ਗੱਲ ਆਈ ਬਾਬਾ ਸਾਈਂ ਜਦਾਂ ਕੋਈ ਬੰਦਾ ਕਹਿੰਦੀ ਧੀ ਨੂੰ ਮਾਰੇ ਅੱਧਾ ਹਜ਼ਾਰ ਬੈਠੇ ਉਹ ਧੀ ਆਮ ਨਾ ਹੋਵੇ ਸਹੀ ਅੱਲਾ ਦੀ ਹੋਵੇ ਪਿਓ ਹੁਸੈਨ ਹੋਵੇ ਚਾਚਾ ਅਬਾਸ ਹੋਵੇ ਭਰਾ ਅਕਬਰ ਹੋਵੇ ਨਾ ਸਕੀ ਨਾ ਹੋਵੇ ਮੇਰੀ ਸੈਣ ਨਿੱਠਾ ਜੋ ਭੈਣਾਂ ਨੂੰ ਦੱਸਾਂ ਜਾਂ ਮਾਵਾਂ ਨੂੰ ਦੱਸਾਂ ਜੋ ਮੈਨੂੰ ਦਰਦ ਖਾ ਗਏ ਇਲਾਕਿਆਂ ਲਿਓ ਮੇਰੀ ਸੈਣ ਮਾਵਾਂ ਭੈਣਾਂ ਦੇ ਨਿੱਠਾ ਬੀਬੀਆਂ ਦੀ ਕਹਿਨੂੰ ਦੁੱਖ ਸੁਣਾਵਾ ਕੋਈ ਪੁੱਤਰ ਨੂੰ ਬੈਠੀ ਰੋਂਦੀ ਏ ਕੋਈ ਭਰਾ ਨੂੰ ਬੈਠੀ ਰੋਂਦੀ ਏ ਮੇਰੀ ਸੈਣ ਮਸੋ ਮਾਂ ਕਹਿਨੂੰ ਕੁੱਝ ਨਹੀਂ ਆਕਾ ਅਸਮਾਨ ਵਾਲੇ ਪਾਸੇ ਦੇਖ ਕੇ ਉਹ ਸੈਣ ਦੀਦੀ ਪਈਆ ਦੀ ਮੇਰੇ ਅੱਲਾ ਮੈਂ ਵੀਰ ਅਕਬਰ ਦੇ ਕਾਤ ਲਵੇ ਤੇ ਬਹੁ ਆਖੇ ਵਕ ਚ ਗੁਜ਼ਾਰੇ ਸਕੀਨਾ ਪਈਆ ਜੀ ਮੇਰੇ ਅੱਲਾ ਮੈਂ ਕੂ ਸਾਹਮਣੇ ਮੈਲੇ ਮੈਂ ਪਹਿਲੇ ਆਖੇ ਸੁਣ ਲਵਣਾ ਸੌਖੇ ਮੈਂ ਕੋ ਸਾਹਮਣੇ ਮੈਲੇ ਹਾਏ ਬਾਬੇ ਦੇ ਮੇਰੇ ਤਮਾਚੇ ਬੀਬੀਆਂ ਦੀ ਲਾਏ ਬੁਰਕੇ ਉਮਾਤ ਨੇ ਅਸਰ ਵੇਲੇ ਤੇਰੂ ਨਾ ਰਥ ਦੇ ਨੀਰ ਬਿਮਾਰੇ ਸਾਰੇ ਸੁਣ ਲਵੇ ਸਹੀ ਅੱਲਾ ਦਾ ਸੁਣ ਲਵੇ ਇਹ ਮੇਰੇ ਬਜ਼ੁਰਗ ਨੌਜਵਾਨ ਬੈਠੇ ਪਰਸੋਂ ਦਾ ਦਿਹਾੜਾ ਇਹ ਬਾਈ ਜਾ ਫਿਰ ਬੈਠੇ ਮੁਲਤਾਨ ਅਜ਼ਾਦਾਰੀ ਵਾਲੇ ਮਹਿਮੂਦ ਕੋਟ ਮੇਰੀ ਇਸੇ ਜੁਮਲੇ ਤੇ ਮਜਲਸ ਹੀ ਮੁੱਕ ਗਈ ਬਾਈ ਗਵਾਹ ਗੱਲ ਸੁਣ ਲਵੇ ਦੀ ਹੁਸੈਨ ਦੀ ਭੇੜਾ ਨੂੰ ਨਹੀਂ ਮਾਂ ਨੂੰ ਨਹੀਂ ਸੱਜਾਦ ਨੂੰ ਨਹੀਂ ਹੁਸੈਨ ਦੀ ਅੱਲਾ ਨੂੰ ਆਦੀ ਬੈਠੀ ਉਹ ਮੇਰੇ ਅੱਲਾ ਪੈ ਲੋਟੀ ਗਈ ਆਈ ਸਾਲੇ ਮੈਂ ਵਿਜਵਾ ਦਰਸ਼ੀ ਮਰਨਿਆ ਜੇ ਮਰਦਾ ਮੈਂ ਜਮਨ ਮਾਰ ਮੇਰੇ ਛੁੜਾਉਣ ਵਾਲਾ ਕੋਈ ਨਹੀਂ ਅੱਛਾ ਜਿਹੜੇ ਵਹਿਣ ਕਰਕੇ ਰੋਵਣ ਦਿਆ ਦੀ ਉਹ ਅਸਾ ਬਾਨੀ ਹੈ ਸਾਰੇ ਮਹਿਮਾਨ ਬੈਠੇ ਨਾ ਬਾਬਾ ਸਾਈਂ ਅੱਲਾ ਗਵਾਏ ਪੁੱਛੋ ਅਵਦਾਲ ਸਫਦਰ ਦੁਰ ਸੌਖੇ ਲੱਥੇ ਨ ਬੋਲੋ ਚਾਚਾ ਨੂਰ ਨਾ ਸੋਣਾ ਦੁਰ ਸੌਕੇ ਲੱਥਣਾ ਮੈਂ ਦੱਸਣਾ ਜਾਣਾ ਪੁੱਛੋ ਤਾਂ ਸਹੀ ਦੁਰ ਕਿਵੇਂ ਲੱਥਣ ਲਈ ਅੱਲਾ ਗਵਾਏ ਕਰਬਲਾ ਦਾ ਮੈਦਾਨ ਆਈ ਦਾਵੀ ਦਰੀਆ ਲਾਈ ਭੈਣ ਸੱਜਰ ਕਦਮ ਦਲੇ ਦੀ ਪਈ ਆਈ ਬਿਰਾ ਸਹੀ ਦਿਨ ਪਿਆ ਦਾਈ ਸੁਭਾਨ ਰੱਬੀ ਅਲਾ ਲਾ ਵਬੇ ਹਮਦਈ ਜਿਹੜੇ ਨਮਾਜ਼ੀ ਬੈਠੇ ਹੋ ਚਾਰ ਸਾਲ ਦੀ ਧੀਏ ਜਿਹੜੀ ਪਿਓ ਦੀ ਨਮਾਜ਼ ਲੈ ਕੇ ਆ ਜਾਈ ਮੁਸਲਮਾਨੋ ਮੇਰਾ ਬਾਬਾ ਨਮਾਜ਼ੀਏ ਅੱਲਾ ਤੇਰੇ ਵੈਣ ਕਬੂਲ ਫਰਮਾਵੇ ਕੁਰਾਨ ਦੇ ਖਾਤਿਰ ਜ਼ਰਬਾਂ ਚਲਾਈਆਂ ਹਰ ਦਰਬ ਤੇ ਹੁਸੈਨ ਆਜ਼ਾਈਆ ਅੱਬਾਸ
ਹਾਏ ਅਬਾਲ ਹਾਏ ਅਬਾਲ ਗਹਿਰਾ ਤਨ ਧੀਰੇ ਧੀਰੇ ਆ ਮੈਂ ਦੱਸਣਾ ਜਾਣਾ ਦੁਰ ਕਿਵੇਂ ਲੱਤੇ ਗਹਿਰਾ ਤਨ ਕੁਰਾਨ ਦੇ ਕਾਤਿਲ ਤੇਰਾ ਦਰ ਬਦਬਾਲ ਬਾਬਾ ਸਿੰਘ ਗੁਰਾਨ ਦੇ ਦੋ ਹਿੱਸੇ ਕੀ ਦਿਨ ਇੱਕ ਹੀ ਨਾ ਜਾ ਕੇ ਡੁਰ ਪੀਏ ਕਹਿਲੇ ਸੱਜੇ ਨੇ ਦੇ ਕਹਿਲੇ ਖਬੇ ਨੇ ਦੇ ਇੱਕ ਬਗੈਰਾ ਦੀ ਅਵਾਲ ਆਂਦੀਏ ਤੇ ਕੁਰਾਨ ਕੁਗੁੱਠੇ ਅੱਲਾ ਦੇ ਨਾਂ ਤੇ ਰਜ਼ਾ ਸੱਜੇ ਖਬੇ ਕਿਆ ਦੇ ਦੇ ਉਹ ਜਿਤਨੇ ਸੈਦ ਬੈਠੇ ਬਗੈਰਾ ਦੱਸ ਗਿਆ ਦੇ ਉਹ ਲਖੇ ਮਨ ਜਿਹੜੀ ਸੱਤਰ ਕਦਮ ਦੇ ਦੇਦੀ ਰਹੀ ਹੈ ਲਾਗੇ ਆਲੇ ਆਲੀਆ ਦਾ ਖੈਮਾ ਵਧਾ ਪੁੱਛਦੇ ਇਹ ਬਗੈਰ ਟੁਰ ਪੀਏ ਆਲੀਆ ਸੈਣ ਬਿਰਾ ਦੇ ਕਾ ਦਿਲ ਵਾਲਾ ਡਿੱਟੇ ਅੱਲਾ ਗਵਾਏ ਨਾ ਅਕਬਰ ਕੋ ਸੱਜੇ ਨਾ ਹੁਸੈਨ ਨੂੰ ਅਕਲ ਮਾਰੀਏ ਤੇਰੇ ਆਏ ਬਰਾ ਦਲੇ ਬਸ ਦੇ ਕੇ ਆਂਦੀਏ ਸੁਲਤਾਨ ਵਫਾ ਦੀ ਆਓ ਨਗਰੀ ਦਈ ਪੁੱਛਦੀ ਆਈ ਫੇ ਚਲਾਏ ਆਸ਼ ਮਰ ਗਈ ਆਈ ਹੈ ਕਰ ਸੋਣੇ ਆਸ਼ ਮਰ ਗਈ ਆਈ ਓਏ ਆਸ਼ ਮਰ ਗਈ ਆਈ ਆਸ਼ ਮਰ ਗਈ ਆਈ ਜਿਨ੍ਹਾਂ ਦੀਆਂ ਚਾਰ ਸਾਲਾਂ ਦੀਆਂ ਧੀਆਂ ਗਹਿਰਾ ਤਲਿਆ ਬਗੈਰਾ ਨੇ ਵਧਾਏ ਆਲੀਆ ਸੈਣ ਦੀ ਚਾਦਰ ਲਾਈ ਆ ਮੈਂ ਦੱਸਣਾ ਚਾਹਨਾ ਸਜਾ ਦੀ ਭੇਣ ਦੇ ਚਾਚਾ ਤੁਰ ਕਿਵੇਂ ਲੱਥੇ ਇੱਕ ਆਦਰ ਹੁਸੈਨ ਨਜ਼ਾਰੇ ਪਿਆ ਤੇਰੇ ਆਲੀਆ ਦੀ ਚਾਦਰ ਹੀ ਲਾਗੇ ਵਾਲੇ ਖੇਮੇ ਤੋਂ ਬਾਹਰ ਨਿਕਲਣ ਲੱਗੇ ਗੁ ਚਾਰ ਸਾਲਾਂ ਦੀ ਮਾਸੂਮਾ ਪਿਓ ਦੇ ਕਾਤਲ ਨੂੰ ਆਉਂਦਾ ਨੀ ਡਰ ਮੇਰੀ ਸੈਣ ਦੇ ਨਿੱਕੇ ਨਿੱਕੇ ਹੱਥ ਜੁੜ ਗਏ ਬਗੈਰਾ ਤਮਾਚਾ ਉਲਾ ਰਹੇ ਅੱਲਾ ਜਾਣੇ ਕਿਉਂ ਡਰੀ ਹੋਈ ਆਈ ਨਿੱਕੇ ਨਿੱਕੇ ਹੱਥ ਬਣ ਕੇ ਜਕੀਨਾ ਪਈਆ ਦੀਏ ਨਾ ਮਾਰ ਤਮਾਚੇ ਆ ਮੇਰੇ ਦੁਰ ਲੈ ਲੈ ਹੁਣੇ ਲਾਸ਼ ਬਾਬੇ ਅੱਲਾ 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 ਤੁੱਲਾ ਹੈ ਅੱਲਾ ਕੌਮ ਜ਼ਾਲਮੀਨ ਬਿਸਮਿਲਲਾ ਬਾਣੀ ਹੁਣ ਮੈਂ ਕੀ ਕਰਾਂ ਮੈਂ ਮਜਬੂਰ ਹਾਂ ਬਾਣੀ